ਵੀਰੇ ਆਪਣੇ ਕੰਮ ਚ ਤੁਸੀਂ ਦੇਖ ਲਓ, ਤੁਸੀਂ ਸਫਾਈ ਤਾਂ ਦੇਖ ਹੀ ਲਈ, ਜੀ 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 ਠੀਕ ਹੈ, ਤੇ ਆਪਣੇ ਕੰਮ ਚ ਤੁਹਾਨੂੰ ਜ਼ਿਆਦਾਤਰ ਕ੍ਰੈਕ ਵੀ ਨਹੀਂ ਮਿਲੂਗਾ। ਕਾਰਨ ਵੀਰੇ ਹੁਣ ਜਦੋਂ ਕੋਈ ਵੀ ਆ, ਹੁਣ ਆਪਾਂ ਲੈਂਟਰ ਪਾਤਾ, ਹਾਂਜੀ, ਉਹਦੇ ਉੱਪਰ ਆਪਾਂ ਚਣਾਈ ਲਾ ਦਿੰਦੇ, ਉੱਥੇ ਕ੍ਰੈਕ ਆਉਂਦੀ ਆਉਂਦਾ, ਹਾਂਜੀ, ਠੀਕ ਹੈ, ਆਪਾਂ ਪਰ ਉਹਦੇ ਉੱਪਰ ਜਾਲੀ ਲਾ ਕੇ ਪਲਸਤਰ ਕਰਦੇ ਹਾਂ, ਠੀਕ ਹੈ, ਉਹਦੇ ਨਾਲ ਕ੍ਰੈਕ ਨਹੀਂ ਆਉਂਦਾ, ਚਾਹੇ ਆਪਣਾ ਠੇਕੇ ਤੇ ਕੰਮ ਚਾਹੇ ਦਿਹਾੜੀ ਤੇ, ਇਹ ਆਪਾਂ ਨੂੰ 1.25 ਸਾਲ ਹੋ ਗਿਆ। 1.25 ਸਾਲ, ਹਾਂਜੀ ਹਾਂਜੀ, ਠੀਕ ਹੈ ਠੀਕ ਹੈ ਵੀਰੇ, ਹਾਂਜੀ, ਵਿਦੇ ਵੱਧ ਬਾਉਂਡਰੀ ਸਾਰਾ A to Z ਕੰਮ ਆਪਾਂ ਨੂੰ, ਸਾਲ ਕੁ ਭਰ ਕੋਠੀ ਚ ਹੋ ਗਿਆ ਤੇ 2 ਕੁ ਮਹੀਨੇ ਸਾਨੂੰ ਬਾਉਂਡਰੀ। ਭਾਜੀ ਬਾਈ ਦੇ ਕੰਮ ਨੂੰ ਕਿੰਨਿਆਂ ਚੋਂ ਕਿੰਨੇ ਨੰਬਰ? 100, 102। ਦੇਖ GT ਰੋਡ ਉੱਤੇ ਕਿੱਲੇ ਚ ਹਵੇਲੀ ਆ। ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਪੰਜਾਬ ਦੀ ਸਭ ਤੋਂ ਵੱਡੀ ਹਵੇਲੀ ਲੈ ਕੇ ਹਾਜ਼ਰ ਹੋਇਆ ਜੀ, ਪਿੰਡ ਡਸਕਾ, ਜ਼ਿਲ੍ਹਾ ਸੰਗਰੂਰ ਵਿਖੇ, ਤੇ ਕਾਫੀ ਵੱਖਰੇ ਤਰੀਕੇ ਦੇ ਨਾਲ ਤਿਆਰ ਕੀਤੀ ਗਈ ਆ ਹਵੇਲੀ। ਕੱਲੀ ਕੱਲੀ ਚੀਜ਼ ਦੀ ਜਾਣਕਾਰੀ ਦੇਵਾਂਗੇ, ਤੇ ਆਓ ਗੱਲਬਾਤ ਕਰਦੇ ਹਾਂ ਮਕਾਨ ਮਾਲਕਾਂ ਦੇ ਨਾਲ। ਬਾਈ ਅਤਿੰਦਰ ਹੋਣਾ ਦੀ ਹਵੇਲੀ ਹੈ, ਤਿਆਰ ਹੋ ਰਹੀ ਹੈਗੀ, ਤੇ ਇੱਥੇ ਕਿੰਨਾ ਸੀਮਿੰਟ ਸਰੀਆ ਲੱਗਿਆ ਗਾ ਤੇ ਕੀ ਕੁਝ ਖਾਸ ਆ, ਸਾਰੀ ਕੱਲੀ ਕੱਲੀ ਚੀਜ਼ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ। ਸੋ ਆਓ ਗੱਲਬਾਤ ਕਰਦੇ ਹਾਂ ਬਾਈ ਹੋਣਾ ਦੇ ਨਾਲ, ਅਤਿੰਦਰ ਹੋਣਾ ਦੇ ਨਾਲ। ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਅਤਿੰਦਰ ਵੀਰ, ਸਭ ਠੀਕ ਠਾਕ ਜੀ? ਬਾਈ ਬਹੁਤ ਮੁਬਾਰਕਾਂ, ਪਹਿਲਾਂ ਤਾਂ ਬਹੁਤ ਵੱਡੀ ਹਵੇਲੀ ਬਣਾ ਰਹੇ ਹੋ ਜੀ। ਤੁਹਾਨੂੰ ਵੀ ਵੀਰ ਜੀ ਬਹੁਤ, ਤੇ ਵੀਰ ਜੀ ਕਿੱਥੋਂ ਕਿਵੇਂ ਖਿਆਲ ਆਇਆ ਜੀ, ਹਨਾ ਵੀ ਇਸ ਹਵੇਲੀ ਦਾ ਵੀ ਆਪਾਂ ਇੱਦਾਂ ਦਾ ਬਣਾਉਣਾ ਜੀ? ਇਹ ਖਿਆਲ ਵੀਰੇ ਗੱਲ ਹੈ, ਆਪਾਂ ਨੂੰ ਰੀਸ ਸੀਗੀ ਇੱਕ ਵੀ ਘਰ ਪਾਉਣਾ ਤਾਂ ਵਧੀਆ ਹੀ ਪਾਈਏ ਜੀ। ਹਾਂਜੀ, ਤੇ ਇਹਦਾ ਵੀਰੇ ਨਕਸ਼ਾ ਕਿੱਥੋਂ ਤਿਆਰ ਕਰਵਾਇਆ ਤੁਸੀਂ? ਨਕਸ਼ਾ ਵੀਰੇ ਕਰਾਇਆ ਦਾ ਬੁਲਾਡੇ ਤੋਂ ਰਮਨਦੀਪ ਸਿੰਘ ਜੀ ਨੇ, ਆਰਕੀਟੈਕਟ। ਜੀ ਜੀ, ਚਣਾਈ ਦਾ ਕੰਮ ਹੈ ਵੀਰੇ? ਚਣਾਈ ਦਾ ਕੰਮ ਆਪਣਾ ਸੁਖਚੈਨ ਆ ਜੀ, ਬਛਵਾਣੇ ਤੋਂ। ਠੀਕ ਹੈ ਵੀਰੇ ਜੀ। ਤੇ ਬਾਕੀ ਵੀਰੇ ਆਪਾਂ ਗੱਲ ਕਰੀਏ ਨਾ, ਕਾਫੀ ਵੱਖਰਾ ਜਿਹਾ ਕਨਸੈਪਟ ਤੁਸੀਂ ਤਿਆਰ ਕੀਤਾ, ਹਰ ਇੱਕ ਚੀਜ਼ ਮੌਜੂਦ ਆਪਣੀ ਹਵੇਲੀ ਦੇ ਵਿੱਚ। ਹਾਂਜੀ ਹਾਂ, ਤੇ ਗੱਲ ਕਰੀਏ ਵੀਰੇ ਇਹਦੀ ਚਣਾਈ ਦੇ ਉੱਤੇ ਕਿੰਨੀ ਕਿੱਟ ਲੱਗ ਚੁੱਕੀ ਹੈ ਹੁਣ ਤੱਕ? ਇਹਦੀ ਵੀਰੇ ਲੱਗ ਗਈ ਹੁਣ ਤੱਕ ਸਾਰੀ ਟੋਟਲ 580,000 ਇੱਟ ਲੱਗ ਗਈ। ਠੀਕ ਹੈ ਵੀਰੇ, ਤੇ ਸੀਮਿੰਟ ਕਿਹੜਾ ਵਰਤਿਆ ਵੀਰੇ ਇਸ ਹਵੇਲੀ ਵਿੱਚ? ਸੀਮਿੰਟ ਆਪਾਂ ਵਰਤਿਆ, ਨੀਚੇ ਦਾ ਵਰਤਿਆ ਨਿਓਆਂ ਚ ਅਲਟਰਾਟੈਕ, ਹਾਂਜੀ, ਉੱਪਰ ਸਾਰਾ ਇਹਦਾ ਕਰਿਆ, ਚਨਾਈ ਚ ਵੀ ਆਪਾਂ ਕਰਿਆ ਅਲਟਰਾਟੈਕ ਹੀ ਕਰਿਆ ਜੀ, ਤੇ ਪਲਸਤਰ ਕਰੀ ਆਪਾਂ ਵੰਡਰ ਨਾਲ, ਵੰਡਰ ਦੇ ਨਾਲ। ਇਹ ਵੀਰ ਜੀ ਕਿੰਨੇ ਸਕੁਅਰ ਫਿੱਟ ਦੇ ਵਿੱਚ ਆਪਣੀ ਹਵੇਲੀ ਤਿਆਰ ਹੋਈ ਆ? ਇਹ ਸਕੁਅਰ ਫਿੱਟ ਵੀਰੇ 10,000 ਸਕੁਅਰ ਫਿੱਟ ਹੈ ਜੀ। ਤੇ ਗੱਲ ਕਰੀਏ ਇਹਦੀ ਨੀਹਾਂ ਦੀ ਡੰਗਾਈ ਕਿੰਨੇ ਫੁੱਟ ਤੱਕ ਨੀਚੇ ਜੀ? ਨੀਹਾਂ ਦੀ ਡੰਗਾਈ ਹੈਗੀ ਵੀਰੇ 9 ਫੁੱਟ। 9 ਫੁੱਟ, ਹਾਂਜੀ ਹਾਂ, ਠੀਕ ਹੈ। ਤੇ ਸੜਕ ਨਾਲੋਂ ਕਿੰਨੀ ਉੱਚੀ ਆ ਜਾਂਦੀ ਹੈ? ਸੜਕ ਨਾਲੋਂ ਹੈਗੀ ਹੈ ਜੀ 5-5.5 ਫੁੱਟ। ਠੀਕ ਹੈ ਜੀ, ਹਾਂਜੀ। ਤੇ ਸਰੀਆ ਕਿਹੜਾ ਕਿਹੜਾ ਵਰਤੇ ਜੀ ਆਪਾਂ? ਸਰੀਆ ਆਪਾਂ ਬਾਉਂਡਰੀ ਦਾ ਵਰਤਿਆ ਵੀਰੇ ਜਿੰਦਲ ਪੈਂਥਰ, ਜੀ ਜੀ। ਦੂਜਾ ਆਪਾਂ ਵਰਤਿਆ ਸਾਰਾ ਟਾਟਾ ਦਾ, ਟਾਟਾ ਦਾ। ਤੇ ਆਓ ਦਰਸ਼ਕ ਵੀਰੋ, ਆਪਾਂ ਅੰਦਰੋਂ ਤੁਹਾਨੂੰ ਦਿਖਾਉਣੇ ਆ ਸਾਰੀ ਹਵੇਲੀ, ਜਿੰਨੀ ਹੀ ਵਧੀਆ ਬਾਹਰੋਂ ਬਣੀ ਹੋਈ ਆ ਤੇ ਉਦੋਂ ਜ਼ਿਆਦਾ ਸ਼ਾਨਦਾਰ ਅੰਦਰੋਂ ਆਉਂਗੀ, ਤੇ ਕੱਲੀ ਕੱਲੀ ਚੀਜ਼ ਤੁਹਾਨੂੰ ਦਿਖਾਉਣੇ ਆ। ਅਤਿੰਦਰ ਵੀਰੇ ਗੱਲ ਕਰੀਏ ਆਪਾਂ, ਮਤਲਬ ਤੁਹਾਡੇ ਟੋਟਲ ਕਿੰਨੇ ਬੈਡਰੂਮ ਨੇ ਜੀ, ਤੇ ਕੀ ਕੁਛ ਅੰਦਰੋਂ ਖਾਸ ਹੈਗਾ, ਸਾਰੀ ਚੀਜ਼ ਬਾਰੇ ਜਾਣਕਾਰੀ ਦੱਸੋ ਵੀ ਇੱਧਰ ਕੀ ਬਣਿਆ ਹੋਇਆ ਕੱਲੀ ਕੱਲੀ ਚੀਜ਼ ਜੀ? ਬੈਡਰੂਮ ਨੇ ਆਪਣੇ ਵੀਰੇ ਨੀਚੇ 4 ਜੀ ਵੀਰੇ। ਹਾਂਜੀ ਹਾਂ, ਇਹ ਆ ਗਿਆ ਆਪਣਾ ਡਰਾਇੰਗ ਏਰੀਆ। ਡਰਾਇੰਗ ਏਰੀਆ? ਹਾਂਜੀ ਹਾਂ, ਤੇ ਕਾਫੀ ਵੀਰੇ ਖੁੱਲਾ ਡੋਲਾ ਵਧੀਆ ਬਣਾਇਆ ਗਾ ਤੁਸੀਂ ਡਰਾਇੰਗ ਏਰੀਆ? ਹਾਂਜੀ ਹਾਂ, ਆਪਾਂ ਦੇਖੀਏ ਵੀ ਇੰਨਾ ਡਰਾਇੰਗ ਰੂਮ ਹੁੰਦਾ ਨਹੀਂ ਹੈਗਾ, ਇਹਦੇ ਪਿੱਛੇ ਦਾ ਕੀ ਕਾਰਨ ਸੀਗਾ ਵੀਰੇ? ਇਹਦੇ ਪਿੱਛੇ ਦਾ ਕਾਰਨ ਵੀਰੇ ਪਤਾ ਕੀ ਗੱਲ ਹੈ, ਕਈ ਵਾਰੀ ਮੈਂ ਦੇਖਿਆ ਕਈ ਰਿਸ਼ਤੇਦਾਰੀਆਂ ਜਦੋਂ ਆਪਾਂ ਕੋਈ ਪ੍ਰੋਗਰਾਮ ਹੁੰਦਾ, ਵਿਆਹ ਸ਼ਾਦੀ ਹੁੰਦੀ ਹੈ, ਹਾਂਜੀ, ਰਿਸ਼ਤੇਦਾਰ ਆਏ ਹੁੰਦੇ ਆਪਣੇ ਜੀ, ਉੱਥੇ ਵਿੱਚ ਹੀ ਭੀੜ ਭੜੱਕ ਆਏ ਹੁੰਦੇ, ਵਿੱਚ ਹੀ ਸਰਵ ਕਰਨ ਵਾਲੇ ਹੁੰਦੇ ਨੇ, ਵਿੱਚ ਹੀ ਰਿਸ਼ਤੇਦਾਰ ਬੈਠੇ ਹੁੰਦੇ ਨੇ, ਬੰਦੇ ਵਿੱਚ ਜੇ ਵੱਜੀ ਜਾਂਦੇ ਆ। ਜੀ ਜੀ ਜੀ, ਇਹ ਚੀਜ਼ ਕਰਕੇ ਆਪਾਂ ਸਾਰੀਆਂ ਚੀਜ਼ਾਂ। ਠੀਕ ਹੈ ਜੀ, ਠੀਕ ਹੈ ਜੀ। ਤੇ ਸਰ ਇੱਧਰ ਜੀ ਆਪਾਂ ਗੱਲ ਕਰੀਏ, ਇੱਧਰ ਆ ਗਿਆ ਵੀਰੇ ਆਪਣਾ ਡਾਇਨਿੰਗ ਏਰੀਆ ਜੀ। ਡਾਇਨਿੰਗ ਏਰੀਆ? ਹਾਂਜੀ ਹਾਂ, ਇੱਧਰ ਆਪਾਂ ਗੱਲ ਇੱਧਰ ਕਿਚਨ ਆ ਗਿਆ ਜੀ। ਕਿਚਨ ਆ ਗਿਆ, ਹਾਂਜੀ 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 ਹਾਂਜੀ। ਤੇ ਡਾਇਨਿੰਗ ਏਰੀਆ ਜ਼ਿਆਦਾਤਰ ਮਤਲਬ ਆਪਾਂ ਪਿੰਡਾਂ ਦੇ ਵਿੱਚ ਨਹੀਂ ਬਣਦਾ, ਬਟ ਤੁਸੀਂ ਬਣਾਇਆ ਗਾ ਤੇ ਰਸੋਈ ਵੀ ਕਾਫੀ ਖੁੱਲੀ ਡੁੱਲੀ ਬਣਾਈ ਆ। ਹਾਂਜੀ, ਹਾਂਜੀ ਵੀਰੇ, ਤੇ ਇਹਦੇ ਬਾਰੇ ਵੀ ਦੱਸੋ, ਆ ਏਰੀਆ ਦੇ ਬਾਰੇ। ਇਹ ਲੌਬੀ ਹੈ ਜੀ, ਲੌਬੀ ਆ ਗਈ। ਹਾਂਜੀ ਦਰਸ਼ਕ ਵੀਰੋ, ਤੁਸੀਂ ਆ ਦੇਖ ਸਕਦੇ ਹੋ, ਮਤਲਬ ਜ਼ਿਆਦਾਤਰ ਤਾਂ ਨਹੀਂ ਇੰਨੇ ਏਰੀਏ ਦੇ ਵਿੱਚ ਇੱਕ ਕੋਠੀ ਤਿਆਰ ਹੋ ਜਾਂਦੀ ਹੈ, ਤੇ ਬਾਈ ਹੋਣਾ ਨੇ ਜਿੰਨਾ ਏਰੀਆ ਰਸੋਈ ਲੌਬੀ ਤੇ ਡਰਾਇੰਗ ਰੂਮ ਦੇ ਵਿੱਚ ਇਨਵੈਸਟ ਕਰਤਾ। ਹਾਂਜੀ, ਤੇ ਬਾਕੀ ਜਿਹੜੀ ਆਪਾਂ ਕੋਠੀ ਦੀ ਜਿਹੜੀ ਆਪਣੀ ਹਵੇਲੀ ਦੀ ਗੱਲ ਕਰੀਏ, ਮੇਨ ਪਾਰਟੀਸ਼ਨ ਸਟੇਅਰ ਤੋਂ ਬਾਅਦ ਸਟਾਰਟ ਹੁੰਦੀ ਆ, ਤੇ ਉਦੋਂ ਪਹਿਲਾਂ ਪਹਿਲਾਂ ਇਸ ਕਾਫੀ ਏਰੀਆ ਇਹਨਾਂ ਨੇ ਲੌਬੀ ਡਰਾਇੰਗ ਰੂਮ ਤੇ ਕਿਚਨ ਦੇ ਵਿੱਚ ਸਾਰਾ ਕੁਝ ਉਹ ਵੱਖਰਾ ਰੱਖਿਆ ਗਾ। ਹਾਂਜੀ, ਤੇ ਵੀਰੇ ਇਹ ਮਤਲਬ ਇੱਕ ਵੱਖਰੀ ਸਾਈਡ ਤੇ ਚਲਾ ਗਿਆ, ਤੇ ਮੇਨ ਗੱਲ ਕਰੀਏ ਬੈਡਰੂਮ ਆਪਣੇ ਪੌੜੀਆਂ ਤੋਂ ਬਾਅਦ ਸਟਾਰਟ ਹੁੰਦੇ ਆ, ਤੇ ਕੀ ਕਨਸੈਪਟ ਤੁਸੀਂ ਸੋਚਿਆ ਸੀਗਾ? ਇਹ ਗੱਲ ਵੀਰੇ ਇਹਦੇ ਪਿੱਛੇ ਕਾਰਨ ਇਹ ਹੈ ਵੀ ਆਪਣੇ ਜਿਵੇਂ ਯਾਰ ਦੋਸਤ ਆਏ ਹੁੰਦੇ ਆ, ਹਾਂਜੀ, ਗੈਸਟ ਆਏ ਹੁੰਦੇ ਆ, ਵੀ ਅੰਦਰ ਫੈਮਿਲੀ ਨੂੰ ਕੋਈ ਫੈਮਿਲੀ ਜਿੱਦਾਂ ਆਪਣੇ ਲੇਡੀਜ਼ ਹੁੰਦਾ, ਪਰਿਵਾਰ ਬੈਠਾ ਹੁੰਦਾ ਵੀ ਕਿਸੇ ਕਿਸਮ ਦਾ ਕੋਈ ਡਿਸਟਰਬੈਂਸ ਨਾ ਹੋਵੇ। ਸੋ ਦਰਸ਼ਕ ਵੀਰੋ, ਅਜੋ ਤੁਹਾਨੂੰ ਦਿਖਾਉਣੇ ਆਪਾਂ ਇਧਰੋਂ ਬੈਡਰੂਮ ਵਗੈਰਾ ਦਿਖਾਉਣੇ ਆ ਸਾਰੇ। ਟੋਟਲ ਵੀਰੇ ਕਿੰਨੇ ਬੈਡਰੂਮ ਨੇ ਇੱਥੇ ਜੀ? ਬੈਡਰੂਮ ਵੀਰੇ ਨੀਚੇ ਨੇ 4। 4 ਜੀ, ਹਾਂਜੀ 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 ਹਾਂਜੀ। ਆਜੋ ਹੁਣ ਤੁਸੀਂ ਐਂ ਲਾ ਲਓ ਵੀਰੇ, ਆਪਾਂ ਕੋਠੀ ਦੇ ਵਿੱਚ ਸਾਰੀ ਚੀਜ਼ A to Z ਵੀ ਨਵੀਂ ਉਹਦੇ ਨਾਲ ਪਾਈ ਹੈ ਵੀ ਆਪਾਂ ਜੀ ਵੀਰੇ, ਤੁਸੀਂ ਗੱਠਾਂ ਲਾ ਲਓ ਜੀ ਵੀਰੇ, ਲੱਕੜ ਪਿੱਛੇ ਭੱਜੀ ਜਾਂਦੇ ਨੇ। ਹਾਂਜੀ ਵੀਰੇ, ਠੀਕ ਹੈ, ਲੱਕੜ ਤੋਂ ਇੱਕ ਤਾਂ ਸਾਡੇ ਇੱਥੇ ਹੈਗੀ ਸਿਉਂਕ ਬਾਹਲੀ ਜ਼ਿਆਦਾ ਹੈ ਵੀਰੇ ਜੀ ਵੀਰੇ,
बड़ा शानदार फसल खड़िया सारा कुछ देखता जी बिल्डिंग बन की खड़ी हुई है सुरखी बिंदी का सारा मेकअप का कम रहा है ते काफी बड़ा है ना प्रोजेक्ट स्टार्ट किया कदे कदे इंज नहीं लगता भी यार छोटे नाल सर जांदा भी इदां काते लई करना सीगा कदे ख्याल आउंदा होवे ख्याल तो भी हुण आया है कुछ परमात्मा की मेहर है हाँ जी कुछ ऐ सीगा भी हुण खुला डुली बनाईए बनाउण नहीं लगे दलेरी नाल बनाई आ जाणी आ कारण है भीरे दर्शक भीरो तुसीं देख सकदे हो कि सारे ही बेडरूम लगभग खुले डुले ने ते हरेक दे नाल बाथरूम ते ड्रेसिंग अटैच आ ते एक होर इस हवेली दे नाल कोठी स्टार्ट हो जाती है वह भी तुहानू दिखाउणे आगे ते हाँ जी यतेंद्र वीरे इहदे बारे भी वीरे चानना पाओ भी इह की कंसैप्ट हैगा ते किस सोच दे नाल बनाया गया ये भीरे हैगे आपां इधर बनाए तीन बैड दो बैडरूम ने एक स्टोर है ठीक है जी दो बैडरूम एक स्टोर है इहदा कारण बनाउण दा है ये अपनी कोठी कंप्लीट हुंदी सी इत्थे जी ठीक है जी इधर फिर भी सोचा भी आ थां हुण बेफालतू भी एक हाँ इत्थे गड्डियां गुड्डियां लग जाणगियां जी 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 ठीक है जी गल ते इहदे बारे भी दसो वीरे इह वीरे हैगा स्टोर स्टोर हाँ जी जिवें आपां जट्टां दे पेटियां हुंदियां ने जी पेटियां अलमारियां ते कणक वाला ढोल हो गया सारा कुछ इत्थे मतलब रख सकदे आ हाँ जी हाँ वीरे जी वीरे जी इधर दो बैडरूम ने हाँ जी इधर आ गया एक बेडरूम एक इधर आ गया जी एक ये बनवाए ने भी जिवें आपां कोई मिस्त्री आपां लाए होए ने हाँ जी जिवें किसे ने रहना है नेरा सवेरा होया हाँ जी हाँ हाँ उहदे कर कारण ते कुछ जां कोई वारी आपां रिश्तेदार नाल कोई होया रिश्तेदार हुंदा हाँ जी ड्राइवर आया हुंदा ना जी 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 उहदे वास्ते भी उधर पाया जांदा जी जी हाँ जी ते आजो दर्शक वीरो हुण आपां तुहानूं फर्स्ट फ्लोर दिखावांगे जी इस हवेली दा सो जुड़े रहो जेकर वीडियो चंगी लगी तां वीडियो नूं शेयर ते लाइक जरूर करी चलिओ हाँ जी दर्शक भीरो हुण आपां पहुंच चुके हैं इस हवेली दे फर्स्ट फ्लोर दे उपर इहदे भी तुहाडे नाल सारी जानकारी सांझी करांगे की कुछ उपर बणिया होएगा अतिंदर वीरे सानूं दसो भी इहदे जो अपनी हवेली दा फर्स्ट फ्लोर आ इत्थे की कुछ कीता होएगा आपां इत्थे वीरे आपणा उपर हैगा तीन बैडरूम है हाँ जी हाँ जी ਇੱਕ ਪੂਜਾ ਰੂਮ ਹੈ ਜੀ ਅੱਜ ਦਾ ਜੋ ਤੇ ਆ ਬਾਥਰੂਮ ਹੈ ਜੀ ਇੱਧਰ ਓਕੇ ਜੀ ਓਕੇ ਅਤੰਦਰ ਵੀਰੇ ਆ ਕਾਫੀ ਵੱਡਾ ਆਪਾਂ ਗੱਲ ਕਰੀਏ ਇੱਥੋਂ ਕਾਫੀ ਚੌੜਾ ਗੇਟ ਆ ਇਹ ਕਿਸ ਚੀਜ਼ ਦੇ ਲਈ ਬਣਿਆ ਹੋਇਆ ਇਹ ਵੀਰੇ ਆਪਾਂ ਬਣਾਇਆ ਥੀਏਟਰ ਥੀਏਟਰ ਜੀ ਇਹ ਮੈਨੂੰ ਲੱਗਦਾ ਆਈਡੀਆ ਤੁਹਾਡਾ ਲੱਗਦਾ ਹਾਂਜੀ ਹਾਂ ਓਕੇ ਓਕੇ ਵੀਰੇ ਤੇ ਕਾਫੀ ਵੀਰੇ ਖੁੱਲਾ ਡੋਲਾ ਤੁਸੀਂ ਦੇਖ ਸਕਦੇ ਹੋ ਕਾਫੀ ਲੰਬਾਈ ਦੇ ਵਿੱਚ ਹੈਗਾ ਥੀਏਟਰ ਇੱਥੇ ਪੂਰੀ ਫੈਮਿਲੀ ਤੇ ਆਪਾਂ ਆਪਦੇ ਯਾਰਾਂ ਦੋਸਤਾਂ ਨਾਲ ਵਧੀਆ ਤਰੀਕੇ ਦੇ ਨਾਲ ਇੰਜੋਏ ਵੀ ਕਰ ਸਕਦੇ ਹਾਂ ਜੀ ਤੇ ਇੱਥੋਂ ਗੱਲ ਕਰੀਏ ਸਾਰਾ ਵਿਊ ਐਂ ਲੱਗਦਾਗਾ ਵੀ ਜਿਵੇਂ ਆਪਾਂ ਬੰਦਾ ਕੈਨੇਡਾ 'ਚ ਬੈਠਾ ਹੋਵੇ ਤੁਸੀਂ ਦੇਖ ਸਕਦੇ ਹੋਗੇ ਕੱਲੀ ਕੱਲੀ ਚੀਜ਼ ਆਪਾਂ ਨੂੰ ਦੇਖ ਰਹੀ ਆ ਸਫਾਇਦੇ ਤੁਸੀਂ ਦੇਖ ਸਕਦੇ ਹੋਗੇ ਪੂਰੀ ਨਿਗਾਹ ਵੱਜਦੀ ਆ ਰੋਡ ਦੇ ਉੱਤੋਂ ਵੀ ਕੌਣ ਆ ਰਿਹਾ ਕੌਣ ਜਾ ਰਿਹਾ ਹੈਗਾ ਸਾਰਾ ਵਿਊ ਆਉਂਦਾ ਹੈਗਾ ਜੀ ਹਾਂਜੀ ਤੰਦਰ ਵੀਰੇ ਅੱਗੇ ਵੀਰੇ ਆਪਣਾ ਜਿਹੜਾ ਹੈਗਾ ਅੱਗੇ ਦਾ ਕਨਸੈਪਟ ਸਾਨੂੰ ਦੱਸੋ ਜੀ ਇੱਧਰ ਬੈਡਰੂਮ ਹੈ ਜੀ ਠੀਕ ਹੈ ਜੀ ਇਹ ਕਿੰਨੇ ਬਾਏ ਕਿੰਨੇ ਦਾ ਤੰਦਰ ਵੀਰੇ ਬੈਡਰੂਮ ਆ ਇਹ ਹੈਗਾ ਜੀ ਆਪਣਾ 2016 ਦਾ 2016 ਦਾ ਬੈਡਰੂਮ ਆ ਦਰਸ਼ਕ ਵੀਰੋ ਤੇ ਇੱਥੇ ਵੀ ਬਾਥਰੂਮ ਦੇ ਨਾਲ ਡਰੈਸਿੰਗ ਅਟੈਚ ਆ ਹਾਂਜੀ ਹਾਂ ਤਕਰੀਬਨ ਮਤਲਬ ਸਾਰੇ ਬੈਡਰੂਮਾਂ ਦੇ ਨਾਲ ਹੀ ਆ ਜੀ ਜੀ ਇੱਧਰ ਆਪਾਂ ਗੱਲ ਕਰੀਏ ਭਾਜੀ ਇਹ ਆ ਗਈ ਆਪਣੀ ਬਾਲਕੋਨੀ ਬਾਲਕੋਨੀ ਆ ਗਈ ਠੀਕ ਹੈ ਜੀ ਇਹ ਇਹਦਾ ਇਹ ਹੁਣ ਜਦੋਂ ਆਪਸ ਵੀਰੇ ਬੰਦਾ ਉੱਠਦਾ ਤਾਜ਼ੀ ਫਰੈਸ਼ ਹਵਾ ਮਿਲਦੀ ਹੈ ਹਾਂਜੀ 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 ਸਰੀਰ ਲਈ ਚੰਗੀ ਹੁੰਦੀ ਹੈ ਜੀ ਜੀ ਵੀਰੇ ਤੇ ਉਸ ਚੀਜ਼ ਨੂੰ ਮਤਲਬ ਮੱਦੇਨਜ਼ਰ ਰੱਖ ਕੇ ਆਪਾਂ ਨੇ ਬਣਾਇਆ ਹੋਇਆ ਠੀਕ ਹੈ ਜੀ ਤੁਸੀਂ ਆ ਦੇਖ ਸਕਦੇ ਹੋ ਦਰਸ਼ਕ ਵੀਰੋ ਇੱਥੋਂ ਸਾਰਿਆਂ ਸਾਰਾ ਵਿਊ ਦੇਖ ਸਕਦੇ ਹੋਗੇ ਸਾਰੀ ਸਾਰੀ ਚੀਜ਼ ਇੱਥੇ ਆਪਾਂ ਬਾਲਕੋਨੀ ਕਹਿ ਸਕਦੇ ਹਾਂ ਇਹਨੂੰ ਤੇ ਇੱਥੇ ਜਿਵੇਂ ਆਪਾਂ ਸਵੇਰੇ ਉੱਠਦੇ ਹਾਂਗੇ ਤਾਜ਼ੀ ਹਵਾ ਸੂਰਜ ਮੱਥੇ ਲੱਗਦਾ ਗਾ ਤੇ ਇੱਧਰ ਬਾਈ ਹੁਣਾਂ ਦਾ ਸਾਰਾ ਕਨਸੈਪਟ ਬਣਿਆ ਹੋਏਗਾ ਸੰਦ ਖੜੇ ਕਰਨ ਦੇ ਲਈ ਜਿਵੇਂ ਮਤਲਬ ਵਾਢੀ ਦਾ ਸੀਜ਼ਨ ਹੁੰਦਾ ਗਾ ਹੋਰ ਮੁੰਡੇ ਕੰਮ ਵਗੈਰਾ ਕਰਦੇ ਗਾ ਉਹਨਾਂ ਦੇ ਰਹਿਣ ਦੇ ਲਈ ਵੀ ਜਿਵੇਂ ਬਾਈ ਹੁਣਾਂ ਨੇ ਖੁਦ ਦੇ ਲਈ ਮਤਲਬ ਵਧੀਆ ਤਰੀਕੇ ਦਾ ਤਿਆਰ ਕੀਤਾ ਸਾਰਾ ਸਿਸਟਮ ਉੱਧਰ ਵੀ ਕੀਤਾ ਹੋਇਆ ਤੇ ਬਾਕੀ ਗੱਲ ਕਰੀਏ ਵੀਰੇ ਕੰਮ ਦੀ ਥੋੜ੍ਹੇ ਦੀ ਯਾਰ ਬਹੁਤ ਜ਼ਿਆਦਾ ਸਫਾਈ ਹੈ ਵੀਰੇ ਇਹਦਾ ਕੀ ਕਾਰਨ ਮੈਂ ਮਤਲਬ ਜਿਵੇਂ ਦੇਖਦੇ ਹਾਂਗੇ ਲੋਕਾਂ ਦਾ ਨਹੀਂ ਕਈ ਕੰਮਾਂ ਦੇ ਵਿੱਚ ਫਾਹੀ ਵੱਢਿਆ ਪਿਆ ਹੁੰਦਾ ਗਾ ਪਲਸਤਰ ਦੇ ਜੋੜ ਦਿਖੀ ਜਾਂਦੇ ਹੁੰਦੇ ਆ ਜਾਂ ਕਿਤੋਂ ਡਾਰਕ ਆ ਕਿਤੋਂ ਲਾਈਟ ਆ ਉਹਦਾ ਕੀ ਕਾਰਨ ਸੀਗਾ ਵੀਰੇ ਕਾਰਨ ਵੀਰੇ ਇਹ ਹੈ ਇਹ ਕੰਮ ਆਪਾਂ ਸੁਖਚੈਨ ਵੀਰੇ ਆਪਣਾ ਦੇ ਵਛਾਣੇ ਤੋਂ ਠੀਕ ਹੈ ਜੀ ਉਹ ਠੇਕੇਦਾਰ ਸੀ ਆਪਣਾ ਹਾਂਜੀ ਵੀਰੇ ਕਈ ਮਿਸਤਰੀ ਪਤਾ ਕੀ ਕਰਦੇ ਨੇ ਵੀਰੇ ਇਹ ਕਾਰਨ ਹੁੰਦਾ ਹੈ ਵੀ ਜਿਵੇਂ ਆਪਾਂ ਕਾਲੀ ਕਾਲੀ 'ਚ ਲੱਗੇ ਜਾਂਦੇ ਨੇ 120 ਰੁਪਏ ਆਪਾਂ ਕਰ ਲੈਂਦੇ ਹਾਂ ਜਿਵੇਂ ਠੇਕਾ ਕਾਲੀ ਕਾਲੀ 'ਚ ਲੱਗੇ ਰਹਿੰਦੇ ਆ ਜਿਵੇਂ ਉੱਪਰੋਂ ਆਪਾਂ ਲਾ ਲਓ ਵੀ ਆਪਾਂ ਕੰਧ ਉਹ ਕਰ ਲਈ ਪਲਸਤਰ ਕਰਨ ਲੱਗ ਗਏ ਸ਼ਾਮ ਹੋ ਗਈ ਆਪਾਂ ਨੂੰ ਹਾਂਜੀ ਆਪਾਂ ਜਿਹੜਾ ਥਾਂ ਰਹਿ ਗਿਆ ਵਿਚਾਲੇ ਨੀਚੇ ਰਹਿੰਦਾ ਹੈ ਜੀ ਉਹ ਆਪਾਂ ਸਵੇਰੇ ਕਰਾਂਗੇ ਉਹ ਮਤਲਬ ਜਦੋਂ ਟਾਈਮ ਪੂਰਾ ਹੋ ਗਿਆ ਮਿਸਤਰੀ ਨੇ ਲੰਘੇ ਜਾਣਾ ਆਪਦੇ ਘਰ ਹਾਂਜੀ ਹਾਂ ਜੋੜ ਪੈ ਗਿਆ ਨਾ ਹਾਂਜੀ ਉਹਦੇ ਕਾਰਨ ਕਰਕੇ ਇੱਕ ਵੀਰੇ ਆਪਾਂ ਆਏ ਹੁੰਦਾ ਜਿਹੜਾ ਉੱਪਰ ਮਸਾਲਾ ਆਪਾਂ ਲਾਉਨੇ ਆ ਹਾਂਜੀ ਉਸ ਤਰ੍ਹਾਂ ਹਾਂਜੀ ਜਿਹੜਾ ਮਸਾਲਾ ਨੀਚੇ ਗਿਰਦਾ ਹਾਂਜੀ ਹਾਂਜੀ ਥੱਲੇ ਡਿੱਗਦਾ ਹਾਂਜੀ ਕਈ ਮਿਸਤਰੀ ਕਰਦੇ ਨੇ ਚੱਕ ਕੇ ਇਕੱਠਾ ਕਰਕੇ ਉਹੀ ਠੋਕੀ ਜਾਂਦੇ ਆ ਠੀਕ ਹੈ ਠੀਕ ਹੈ ਨਾ ਜੀ ਉਹਦਾ ਕਾਰਨ ਸਭ ਤੋਂ ਮੇਨ ਚੀਜ਼ ਇਹ ਹੈ ਠੀਕ ਹੈ ਜੀ ਵੀ ਜਦੋਂ ਡੱਬ ਪੈਂਦੇ ਆ ਜੀ ਉਹ ਕਾਰਨ ਕਰਕੇ ਡੱਬ ਪੈਂਦੇ ਆ ਅੱਛਾ ਜੀ ਤਾਂ ਹੀ ਮਤਲਬ ਇੱਥੇ ਸਾਰੀ ਸਾਰੀ ਚੀਜ਼ ਕਲੀ ਕਲੀ ਚੀਜ਼ ਬੋਲਦੀ ਹੈ ਹਾਂਜੀ ਮਤਲਬ ਤੁਹਾਨੂੰ ਬਾਈ ਹੁਣਾਂ ਦਾ ਸੁਖਚੈਨ ਸਿੰਘ ਬਛਵਾਣੇ ਦਾ ਕੰਮ
ਇੱਕ ਨੰਬਰ ਲੱਗਿਆ। ਹਾਂਜੀ ਹਾਂ। ਫਿਰ ਬਾਈ ਜਿਵੇਂ ਬਾਈ ਹੁਣਾਂ ਦੀ ਉਮਰ ਵੀ ਕਾਫੀ ਉਹ ਕਾਫੀ ਜੰਗ ਨੇ ਹਨਾ ਆਪਣੇ ਹਾਣੀ ਜਿਉਂ ਨੇਗੇ ਤੇ ਮਤਲਬ ਉਹਨਾਂ ਨਾਲ ਕਿਵੇਂ ਸਬੱਬ ਬਣਿਆ ਤੁਹਾਨੂੰ ਕਿਵੇਂ ਉਹਨਾਂ ਦੇ ਨਾਂ ਦਾ ਪਤਾ ਲੱਗਿਆ? ਸਬੱਬ ਤਾਂ ਵੀਰੇ ਇਹਨਾਂ ਦਾ ਸੁਖਚੈਨ ਵੀਰ ਦਾ ਭਰਾ ਸੀਗਾ। ਅੱਛਾ ਜੀ। ਉਹਨਾਂ ਆਪਣੇ ਨਾਲ ਲਿਆਇਆ ਸੀ 18-19 ਸਾਲਾਂ ਤੋਂ। ਹਾਂਜੀ ਹਾਂਜੀ ਵੀਰੇ। ਤੇ ਅਸੀਂ ਬਸ ਗੱਲ ਛਿੜਪੀ ਸੀ। ਠੀਕ ਹੈ। ਉਹ ਕਹਿੰਦਾ ਵੀ ਆਪਾਂ ਘਰ ਪਾਉਣਾ ਸੀਗਾ। ਹਾਂਜੀ। ਸਾਨੂੰ ਨੀ ਸੀ ਪਤਾ ਵੀ ਉਹ ਭਰਾ ਹੈ ਉਹਦਾ। ਹਾਂਜੀ ਹਾਂਜੀ। ਠੀਕ ਹੈ ਨਾ ਜੀ। ਹਾਂਜੀ। ਅਸੀਂ ਗੱਲ ਚੱਲ ਪਈ, ਅਸੀਂ ਪੁੱਛ ਲਿਆ ਵੀ ਹਾਂ ਤੁਹਾਡੇ ਪਿੰਡ ਵੀ ਕੋਈ ਸੁਖਚੈਨ ਨਾਮ ਦਾ ਬੰਦਾ ਹੈ। ਹਾਂਜੀ। ਵੀ ਕੰਮ ਕਰਦੇ ਚਨਾਈ ਦਾ ਵੀ ਆਪਾਂ ਕਿਵੇਂ ਆ ਬੰਦਾ। ਠੀਕ ਹੈ ਜੀ। ਆ ਕਰਕੇ ਉਹ ਫਿਰ ਕਹਿੰਦਾ ਵੀ ਮੇਰਾ ਭਰਾ ਹੀ ਮੇਰਾ ਭਰਾ ਹੀ ਆ। ਹਾਂ ਠੀਕ ਹੈ ਠੀਕ ਹੈ ਜੀ। ਪਹਿਲਾਂ ਉਹ ਸਾਨੂੰ ਰਾਜੂ ਵੀਰਾ ਕਹਿੰਦਾ ਵੀ ਇਹ ਵਧੀਆ ਬੰਦਾ ਵੀ ਜਾਣ ਕੇ ਵੀ ਕਰਦਾ ਸੀਗਾ। ਓਕੇ। ਕਹਿੰਦਾ ਮੇਰਾ ਭਰਾ ਹੀ ਹੈ ਜੀ ਆਪਣਾ। ਠੀਕ ਹੈ ਠੀਕ ਹੈ। ਤੇ ਵੀਰੇ ਇੱਧਰ ਵੀ ਥੋੜੀ ਜਾਣਕਾਰੀ ਦਿਓ। ਇਹ ਬੈਡਰੂਮ ਹੈ ਜੀ। ਹਾਂਜੀ ਹਾਂਜੀ। ਇਹ ਕਿੰਨੇ ਬਾਈ 16-14 ਦਾ ਜੀ। 16-14 ਦਾ। ਹਾਂਜੀ ਹਾਂ। ਇਹਦੇ ਨਾਲ ਬਾਥਰੂਮ ਅਟੈਚ ਹੈ। ਬਾਥਰੂਮ ਅਟੈਚ ਆ। ਤੇ ਇੱਥੋਂ ਤੁਸੀਂ ਦੇਖ ਸਕਦੇ ਹੋ ਇੱਥੇ ਦਾ ਵਿਊ ਵੀ ਬੜਾ ਸ਼ਾਨਦਾਰ ਆ। ਤੇ ਆ ਵੀਰੇ ਤੁਸੀਂ ਵਿੰਡੋਆਂ ਓਪਨ ਰੱਖੀਆਂ ਨੇ ਵੀ ਹਵਾ ਆਉਣ ਦੇ ਲਈ। ਹਾਂਜੀ ਹਾਂ। ਤੇ ਗੱਲ ਕਰੀ ਆ ਸਾਰਾ ਫਿਕਸ ਹੋਊਗਾ। ਹਜੇ ਇੰਟੀਰੀਅਰ ਦਾ ਕੰਮ ਤਾਂ ਸਾਰਾ ਹੀ ਰਹਿੰਦਾ। ਮਤਲਬ ਤੁਸੀਂ ਆ ਦੇਖ ਸਕਦੇ ਹੋ ਸਾਰੇ ਦਾ ਸਾਰਾ ਨਜ਼ਾਰਾ ਐਨ ਪੂਰਾ ਦਿਖਦਾ। ਕੁਦਰਤ ਦੇ ਬਹੁਤ ਹੀ ਨਜ਼ਦੀਕ ਬੰਦਾ ਲੱਗਦਾ ਗਾ। ਤੇ ਅੱਗੇ ਵੀਰੇ ਹਾਂਜੀ ਦੱਸੋ ਜੀ ਇੱਧਰ ਆ ਕੀ ਬਣਿਆ ਹੋਇਆ ਜੀ? ਆਪਾਂ ਇਹ ਵੀ ਬੈਡਰੂਮ ਹੈ। ਇਹ ਵੀ ਬੈਡਰੂਮ ਆ ਗਿਆ ਦਰਸ਼ਕ ਵੀਰੋ, ਤੁਸੀਂ ਦੇਖ ਸਕਦੇ ਹੋ ਆ ਵੀ ਇੱਕ ਹੋਰ ਨਾਲ ਇਹਦੇ ਬੈਡਰੂਮ ਅਟੈਚ ਹੈਗਾ। ਤੇ ਇਹ ਬੈਡਰੂਮ ਦੇ ਵੀਰੇ ਜੋ ਸਾਹਮਣੇ ਬਣਿਆ ਬਿਲਕੁਲ ਉਹਦੇ ਬਾਰੇ ਵੀ ਸਾਨੂੰ ਦੱਸੋ। ਉਹ ਹੈਗਾ ਵੀਰੇ ਪੂਜਾ ਰੂਮ। ਪੂਜਾ ਰੂਮ? ਹਾਂਜੀ ਹਾਂ। ਓਕੇ। ਸੋ ਆਜੋ ਦਰਸ਼ਕ ਵੀਰੋ ਆਪਾਂ ਦੇਖਦੇ ਹਾਂ ਪੂਜਾ ਰੂਮ। ਪੂਜਾ ਰੂਮ ਵੀ ਜਾਣੀ ਕਿ ਤੁਸੀਂ ਬਹੁਤ ਵੀਰੇ ਵਧੀਆ ਸਪੈਸ਼ਲ ਜਗ੍ਹਾ ਰੱਖ ਕੇ ਬਣਾਇਆ ਗਿਆ। ਨਹੀਂ ਤਕਰੀਬਨ ਆਪਾਂ ਦੇਖਦੇ ਹਾਂ ਕਿ ਵੀ ਮਤਲਬ ਕਾਫੀ ਭੀੜੇ ਹੁੰਦੇ ਆ। ਹਾਂਜੀ ਹਾਂ। ਪੂਜਾ ਰੂਮ ਪਤਾ ਕੀ ਗੱਲ ਹੈ ਵੀਰੇ? ਹਾਂਜੀ। ਬੰਦਾ ਸਾਰਾ ਕੁਝ ਕਰ ਲੈਂਦਾ। ਹਾਂਜੀ। ਕਮਾਈ ਵੀ ਕਰ ਲੈਂਦਾ ਪਰ ਇਹ ਸਤਕਾਰ ਗੁਰੂ ਦਾ ਜ਼ਰੂਰੀ। ਬਹੁਤ ਵੱਡੀ ਗੱਲ ਕਹੀ ਹੈ। ਹਾਂਜੀ ਹਾਂ ਬਿਲਕੁਲ ਬਿਲਕੁਲ। ਤੇ ਵੀਰ ਜੀ ਇਸ ਚੀਜ਼ ਬਾਰੇ ਦੱਸੋ, ਆ ਆਪਣਾ ਬਰਾਂਡਾ ਟਾਈਪ ਚੀਜ਼ ਆ ਗਈ ਜੀ? ਹਾਂ ਵੀਰ, ਇਹ ਬਰਾਂਡਾ ਹੈ। ਇਹਦਾ ਕਾਰ ਇਹ ਬਣਾਇਆ ਆਪਾਂ ਬਾਅਦ ਚੋਂ, ਪਹਿਲਾਂ ਨਕਸ਼ੇ 'ਚ ਹੈ ਨਹੀਂ ਸੀ। ਠੀਕ ਹੈ ਠੀਕ ਹੈ ਜੀ। ਤੇ ਇਹ ਫਿਰ ਮੈਂ ਕਿਹਾ ਵੀ ਇਹ ਖਾਲੀ ਜਿਹਾ ਥਾਂ ਰਹੂਗਾ ਉਰੇ ਵੀ, ਨਾਲੇ ਤਾਂ ਕੈਮਰਾਮੈਨ ਵੀਰੇ ਆ ਤੁਸੀਂ ਦਿਖਾ ਦਿਓ ਵੀਰੇ, ਸਾਰਾ ਦਿਖਾ ਦਿਓ ਬਰਾਂਡਾ ਹਨਾ, ਸਾਰਾ ਆਪਣੇ ਦਰਸ਼ਕ ਭਰਾਵਾਂ ਨੂੰ ਸਾਰਾ ਦੂਰੋਂ ਵਿਊ ਦਿਖਾ ਦਿਓ। ਆ ਤੁਸੀਂ ਦੇਖ ਸਕਦੇ ਹੋ ਜੀ ਇਹ ਪਹਿਲਾਂ ਬਣਿਆ ਨਹੀਂ ਹੋਇਆ ਸੀਗਾ, ਇਹ ਤੁਸੀਂ ਬਾਅਦ ਚੋਂ ਬਣਵਾਇਆ ਗਾ। ਠੀਕ ਹੈ ਜੀ। ਫਿਰ ਵੀ ਆਪਾਂ ਜਿਵੇਂ ਮੰਜਾ ਡਾਲੋ ਜਿਵੇਂ ਪੈਣਾ ਉਰੇ, ਹਵਾ ਕ੍ਰੋਸ ਹੁੰਦੀ ਹੈ, ਖੁੱਲੀ ਹਵਾ। ਬਿਲਕੁਲ ਬਿਲਕੁਲ। ਤੇ ਇੱਕ ਹੋਰ ਕਾਰਨ ਇਹਦਾ, ਆਪਾਂ ਉੱਪਰੋਂ ਆਪਾਂ ਦੇਖ ਸਕਦੇ ਨੀਚੇ ਜੀ, ਨੀਚੇ ਬੰਦੇ ਨੂੰ ਨੀ ਪਤਾ ਲੱਗਦਾ ਵੀ ਉੱਪਰ ਕੋਈ ਬੰਦਾ ਬੈਠਾ ਗਾ। ਉਹ ਸਾਰੀਆਂ ਚੀਜ਼ਾਂ ਦੇ ਮਤਲਬ ਤੁਸੀਂ ਗੌਰ ਰੱਖ ਕੇ ਬਣਾਈ ਹੋਈ ਹੈ। ਹਾਂ ਵੀਰੇ। ਆ ਤੁਸੀਂ ਦੇਖ ਸਕਦੇ ਹੋ ਦਰਸ਼ਕ ਵੀਰੋ, ਕੱਲੀ ਕੱਲੀ ਕੋਰ, ਕੱਲੀ ਕੱਲੀ ਗਲਾਈ, ਮਤਲਬ ਕੰਮ ਦੀ ਇੰਨੀ ਕੁ ਜ਼ਿਆਦਾ ਮਿਸਤਰੀ ਨੇ ਕੰਮ ਦੇ ਘੜੇ ਲੱਕੜੇ ਪਏ ਨੇ, ਆਪਾਂ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੇ। ਕਿਸੇ ਕਿਸਮ ਦਾ ਕੋਈ ਐਂ ਨਹੀਂ ਹੈਗਾ ਵੀ ਫਾਹਾ ਵੱਢ ਵਾਲਾ ਕੰਮ ਹੈਗਾ। ਤੁਸੀਂ ਦੇਖੋ ਆਹ ਕੋਰਾਂ ਜਿੰਨੀਆਂ ਵੀ ਨੇ ਸਾਰੀਆਂ ਸਾਰੀਆਂ ਮਤਲਬ ਬਹੁਤ ਹੀ ਸੋਹਣੀਆਂ ਬਣੀਆਂ ਹੋਈਆਂ ਨੇ। ਤੇ ਬਹੁਤ ਬਹੁਤ ਧੰਨਵਾਦ ਅਤਿੰਦਰ ਵੀਰੇ, ਤੁਸੀਂ ਸਾਡੇ ਲਈ ਇੰਨਾ ਸਮਾਂ ਕੱਢਿਆ। ਤੇ ਹੁਣ ਆਪਾਂ ਬਾਈ ਹੁਣਾਂ ਸੁਖਚੈਨ ਹੁਣਾਂ ਨਾਲ ਗੱਲਬਾਤ ਕਰਾਂਗੇ, ਉਹਨਾਂ ਤੋਂ ਪੁੱਛ ਦੇਵਾਂਗੇ ਹਨਾ ਕੀ ਕੁਛ ਉਹਨਾਂ ਨੇ ਖਾਸ ਕੀਤਾ ਗਾ। ਬਹੁਤ ਬਹੁਤ ਧੰਨਵਾਦ ਵੀਰੇ। ਠੀਕ ਹੈ ਜੀ। ਠੀਕ ਹੈ ਠੀਕ ਹੈ। ਕਹਿੰਦੇ ਆ ਕਹਾਉਂਦਿਆਂ ਨੂੰ ਲਾਉਂਦਾ ਖੁੰਜੇ ਨੀ, ਮੂਸੇ ਤੋਂ ਟੋਰਾਂਟੋ ਤੱਕ ਨਾ ਗੁੰਜੇ ਨੀ। ਸੋ ਸਾਡਾ ਵੱਡਾ ਭਾਈ ਸੁਖਚੈਨ ਸਿੰਘ ਬਛੋਣਾ, ਸਤਿ ਸ੍ਰੀ ਅਕਾਲ ਵੀਰੇ। ਵੀਰੇ ਆਪਣੇ ਕੰਮ 'ਚ ਤੁਸੀਂ ਦੇਖ ਲਓ, ਤੁਸੀਂ ਸਫਾਈ ਤਾਂ ਦੇਖ ਹੀ ਲਈ ਜੀ 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 ਠੀਕ ਹੈ। ਤੇ ਆਪਣੇ ਕੰਮ 'ਚ ਤੁਹਾਨੂੰ ਜ਼ਿਆਦਾਤਰ ਕ੍ਰੈਕ ਵੀ ਨਹੀਂ ਮਿਲੂਗਾ। ਠੀਕ ਹੈ ਵੀਰੇ, ਉਹਦਾ ਵੀਰੇ ਕੀ ਕਾਰਨ ਆ, ਕੀ ਖਾਸੀਅਤ ਆ? ਉਹਦਾ ਕਾਰਨ ਵੀਰੇ ਹੁਣ ਜਦੋਂ ਕੋਈ ਵੀ ਆ, ਹੁਣ ਆਪਾਂ ਲੈਂਟਰ ਪਾਤਾ, ਹਾਂਜੀ, ਉਹਦੇ ਉੱਪਰ ਆਪਾਂ ਚਣਾਈ ਲਾ ਦਿੰਦੇ ਹਾਂ, ਉੱਥੇ ਕ੍ਰੈਕ ਆਉਂਦੀ ਆਉਂਦਾ। ਹਾਂਜੀ ਠੀਕ ਹੈ। ਆਪਾਂ ਪਰ ਉਹਦੇ ਉੱਪਰ ਜਾਲੀ ਲਾ ਕੇ ਪਲਸਤਰ ਕਰਦੇ ਆ, ਠੀਕ ਹੈ, ਉਹਦੇ ਨਾਲ ਕ੍ਰੈਕ ਨਹੀਂ ਆਉਂਦਾ, ਚਾਹੇ ਆਪਣਾ ਠੇਕੇ ਤੇ ਕੰਮ ਚਾਹੇ ਦਿਹਾੜੀ ਤੇ, ਆਪਾਂ ਨੇ ਉਹ ਕਰ ਨਹੀਂ ਕਰਨਾ। ਨਾਲ ਲੇਬਰ ਵਾਲਾ ਬੰਦਾ, ਹਾਂਜੀ, ਇਹ ਭਰਾ ਹੀ ਆ ਆਪਣਾ। ਹਾਂਜੀ। ਸਭ ਤੋਂ ਵੱਡਾ ਸਹਿਯੋਗ ਜਿਹੜੀ ਵੀ ਅਸੀਂ ਕੋਠੀ ਵਿੜਦੇ ਆ ਜਾਂ ਹਵੇਲੀ ਵਿੜਦੇ ਆ, ਸਭ ਤੋਂ ਵੱਡਾ ਸਹਿਯੋਗ ਤੁਹਾਡੇ ਨਾਲ ਹੀ ਬਾਈ ਹੁੰਦਾ। ਹਾਂਜੀ ਹਾਂਜੀ, ਭਰਾ ਹੀ ਹੈ ਜੀ ਇਹ, ਸਾਰਾ ਕੰਮ ਇਹਦੀ ਦੇਖ ਰੇਖ ਹੇਠ ਰਹੀ। ਨਹੀਂ ਜੀ ਵੀਰੇ। ਤੇ ਇੱਕ ਸੁਖਚੈਨ ਵੀਰੇ, ਆਪਣੇ ਦਰਸ਼ਕ ਵੀਰਾਂ ਨੂੰ ਦੱਸੋ ਤੁਹਾਡਾ ਰੇਟ ਕੀ ਆ ਤੇ ਕੀ ਸਿਸਟਮ ਹੁੰਦਾ ਗਾ ਕੰਮ ਕਰਨ ਦੇ ਲਈ? ਵੀ ਜੇ ਤੁਹਾਨੂੰ ਕੋਈ ਆਪਣਾ ਵੀਡੀਓ ਦੇਖ ਕੇ ਆਪਣਾ ਭੈਣ ਭਰਾ ਹਨਾ ਤੁਹਾਡੇ ਨਾਲ ਕੰਟੈਕਟ ਕਰਦਾ ਗਾ ਤਾਂ ਥੋੜਾ ਜਿਹਾ ਮਤਲਬ ਤੁਸੀਂ ਕਿੰਨੇ ਏਰੀਆ 'ਚ ਕੰਮ ਕਰ ਦਿੰਦੇ ਹੋ? ਹਾਂਜੀ, ਆਪਾਂ ਏਰੀਆ ਤਕਰੀਬਨ ਸਾਰੇ ਲਗਭਗ ਦੂਰ ਦੂਰ ਤੱਕ ਹੀ ਕਰ ਰਹੇ ਹਾਂ ਵੀਰ ਜੀ। ਠੀਕ ਹੈ ਜੀ। ਤੇ ਆਪਣਾ ਰੇਟ ਕਰਿਆ ਹੋਇਆ ਵੀਰ ਜੀ ਉਰੇ 150 ਰੁਪਏ ਫੁੱਟ। 150 ਰੁਪਏ ਫੁੱਟ? ਹਾਂਜੀ ਹਾਂਜੀ ਹਾਂਜੀ। ਤੇ ਇਹਦੇ ਵਿੱਚ ਆਪਣਾ ਨਿਓਆਂ ਅਲੱਗ ਨੇ ਜੀ, ਨਿਓਆਂ ਅਲੱਗ ਨੇ। ਹਾਂਜੀ ਹਾਂਜੀ ਠੀਕ ਹੈ ਠੀਕ ਹੈ। ਜਿਹੜੇ ਆਪਣੇ ਆਹ ਗੋਲੇ ਬਣੇ ਹੋਏ ਆ ਵੀਰ ਜੀ, ਆਹ ਦਿਖਾ ਦਿਓ ਦਰਸ਼ਕਾਂ ਨੂੰ, ਗੋਲੇ ਦਿਖਾ ਦਿਓ। ਤੇ ਬਾਉਂਡ ਆਪਣਾ ਮੋਲਡਿੰਗ ਆ ਗਈ। ਹਾਂਜੀ ਹਾਂਜੀ। ਇਹਦਾ ਵੀਰ ਜੀ ਡਬਲ ਚ ਰੇਟ ਹੁੰਦਾ ਹੈ, ਡਬਲ ਚ। ਜੇ ਮੰਨ ਲਾ ਆਪਣਾ 150 ਹੈ ਤਾਂ ਇਹਦਾ 300 ਰੁਪਏ ਸਕੁਅਰ ਫੁੱਟ, 300 ਰੁਪਏ ਹੋ ਜਾਂਦਾ। ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ। ਤੇ ਨਿਓਆਂ ਆਪਾਂ ਨੇ ਇਹਦੇ ਵਿੱਚ ਕਰੀਆਂ ਹੋਈਆਂ ਸੀਗੀਆਂ ਆਪਣਾ 1500 ਰੁਪਏ 1000 ਜੀ। ਠੀਕ ਹੈ ਜੀ ਠੀਕ ਹੈ। ਤੇ ਇਹਦੇ ਕੋਠੀ ਦੇ ਵਿੱਚ 32 ਪਿੱਲਰ ਲੱਗੇ ਹੋਏ ਆ ਵੀਰ ਜੀ। 32 ਪਿੱਲਰ? ਹਾਂਜੀ 32 ਪਿੱਲਰ ਲੱਗੇ ਹੋਏ ਦਰਸ਼ਕ ਵੀਰੋ ਇਸ ਹਵੇਲੀ ਦੇ ਵਿੱਚ। ਤੇ ਆਪਾਂ
ਬਾਰੇ ਵੀ ਦੱਸੋ ਕੀ ਪਲੈਨਿੰਗ ਨਾਲ ਪਾਇਆ ਸੀਗਾ ਸਰੀਆ ਡੱਬੀ ਕਿੰਨੀ ਬਣਾਈ ਸੀਗੀ ਮਤਲਬ ਉਹਦੇ ਬਾਰੇ ਦੱਸੋ ਡੱਬੀ ਵੀਰੇ ਆਪਣੀ 8x8 ਦੀ ਚੱਲੀ ਆ ਟਾਟਾ ਦਾ ਸਰੀਆ ਪਾਇਆ ਉਹਦੇ ਵਿੱਚ ਆਪਾਂ ਨੇ ਵੀਰੇ ਆਮ ਸਰੀਏ ਜੇ ਆਪਾਂ ਨਾਰਮਲ ਦੂਸਰਾ ਪਾਈਏ ਜੇ ਸਰੀਆ ਹੋ ਗਿਆ ਉਹਦੀ ਚੱਲ ਰਹੀ ਆ ਆਪਣੀ 6-7 ਦੀ ਜਾਂ 6-8 ਦੀ ਮਤਲਬ ਇਹ ਇਹਦੇ ਚ ਥੋੜਾ ਜਿਹਾ ਗੈਪ ਵੱਜ ਜਾਂਦਾ ਹਾਂਜੀ ਹਾਂਜੀ ਇਹ ਗੈਪ ਵੱਜ ਜਾਂਦਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਧਰ ਵੀਰੇ ਆ ਜਿਹੜੀ ਸ਼ੀਟ ਤੁਸੀਂ ਯੂਜ਼ ਕੀਤੀ ਆ ਕਿ ਬੜੀ ਘੈਂਟ ਲੱਗ ਰਹੀ ਆ ਨਾ ਹਾਂਜੀ ਇਹਦੇ ਬਾਰੇ ਵੀ ਦੱਸੋ ਜੀ ਦਰਸ਼ਕ ਹਾਂਜੀ ਇਹ ਵੀਰਾ ਮਿਲਿਆ ਸੀ ਆਪਾਂ ਨੂੰ ਗੁਰਪ੍ਰੀਤ ਪਟਿਆਲੇ ਤੋਂ ਹਾਂਜੀ ਹਾਂਜੀ ਤੇ ਆਪਣੇ ਕਣੀ ਤਾਂ ਹਜੇ ਘੱਟ ਚੱਲ ਰਹੀ ਆ ਉਂ ਤੇ ਉਹ ਕਨੈਕਟ ਹੋਇਆ ਸਾਡਾ ਉਹਨਾਂ ਨੇ ਇਹ ਸੀਟ ਲਾਈ ਹੈ ਅੱਛਾ ਜੀ ਹਾਂਜੀ ਹਾਂਜੀ ਤੇ ਵਧੀਆ ਚੀਜ਼ ਹੈ ਇਹਦੀ ਵੀ 50 ਸਾਲ ਦੀ ਗਾਰੰਟੀ 50 ਸਾਲ ਦੀ ਗਾਰੰਟੀ ਆ ਸੋ ਬਹੁਤ ਬਹੁਤ ਧੰਨਵਾਦ ਵੀਰੇ ਤੇ ਹੋਰ ਕਿਹੜੇ ਕਿਹੜੇ ਚੀਜ਼ਾਂ ਦਾ ਮਤਲਬ ਖਿਆਲ ਰੱਖਿਆ ਗਿਆ ਗਿਆ ਇਸ ਦੇ ਵਿੱਚ ਹਵੇਲੀ ਦੇ ਵਿੱਚ ਜ਼ਿਆਦਾ ਤਾਂ ਵੀਰੇ ਅਸੀਂ ਨੇ ਸ਼ੌਂਕ ਤੇ ਆਪਣਾ ਇਹਦਾ ਸਲਾਬ ਦਾ ਜ਼ਿਆਦਾ ਖਿਆਲ ਰੱਖਿਆ ਅੱਛਾ ਵੀਰੇ ਉਹਦੇ ਲਈ ਕੀ ਕੁਛ ਕੀਤਾ ਜੀ ਆਪਾਂ ਉਹਦੇ ਲਈ ਵੀਰ ਜੀ ਆਪਾਂ ਨੇ ਥੱਲੋਂ ਜਿੰਨੀ ਆਪਾਂ ਨੇ ਨਿਵਾਂ ਭਰੀਆਂ ਸੀਗੀਆਂ ਹਾਂਜੀ ਹਾਂਜੀ 10 ਫੁੱਟ ਨਿਵਾਂ ਭਰੀਆਂ ਗਈਆਂ ਨੇ ਵੀਰ ਜੀ ਬਾਣ ਚੋਂ ਚੱਕਿਆ ਸੀ ਆਪਾਂ ਨੇ ਜੀ 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 ਤੇ ਆਪਾਂ ਨੇ ਨਿਵਾਂ ਵੀ ਵਾਟਰਪਰੂਫ ਸਮੈਂਟ ਨਾਲ ਆਪਾਂ ਨੇ ਪਲਾਸਟਰ ਕਰੀਆਂ ਨੇ ਠੀਕ ਹੈ ਜੀ ਤੇ ਸਲਾਬ ਵਾਸਤੇ ਆਪਾਂ ਨੇ ਸਾਰੇ ਸਮੈਂਟ ਚਣਾਈ ਦੇ ਵਿੱਚ ਆਪਾਂ ਨੇ ਡਾਕਟਰ ਫਿਕਸਰ ਜੀ ਯੂਜ਼ ਕੀਤਾ ਹੈਗਾ ਜੀ ਪੀਡੀ ਲਾਈਟ ਦਾ ਜੀ ਜੀ ਪੀਡੀ ਲਾਈਟ ਦਾ ਹਾਂਜੀ ਤੇ ਵੀਰੇ ਆਹ ਕੀ ਚੀਜ਼ ਬਣਾਈ ਹੈਗੀ ਉੱਪਰ ਜਿਹੜਾ ਟੌਪ ਦੇ ਉੱਤੇ ਤੁਸੀਂ ਇਹ ਬਣਾਇਆ ਹੈਗਾ ਹੱਟ ਟਾਈਪ ਜਿਹਾ ਹਾਂਜੀ ਹਾਂਜੀ ਇਹ ਫਿਰ ਫਰੰਟ ਦੇ ਵਿੱਚ ਸੀਗਾ ਜੀ ਇਹ ਹਾਂਜੀ ਤੇ ਉਂ ਵਾਂਗੂ ਇਹ ਰੂਮ ਆ ਗਿਆ ਇੱਕ ਕਿਸਮ ਦਾ ਉੱਪਰ ਟੌਪ ਠੀਕ ਹੈ ਜੀ ਹਾਂਜੀ ਹਾਂਜੀ ਤੇ ਸਾਰਾ ਆਪਾਂ ਨੇ ਨਹੀਂ ਲੋਕ ਸਕੰਜਾ ਅੱਜ ਕੱਲ੍ਹ ਦੇ ਚੱਲ ਰਿਹਾ ਹੈਗਾ ਆਪਣਾ ਪਾਈਪਾਂ ਦਾ ਕਰ ਦਿੰਦੇ ਨੇ ਆਪਾਂ ਨੇ ਇਹ ਸਾਰਾ ਆਰਸੀਸੀ ਬਣਾਇਆ ਵੀ ਆਰਸੀਸੀ ਬਣਾਇਆ ਹਾਂਜੀ ਹਾਂਜੀ ਠੀਕ ਹੈ ਸਾਰੀਆਂ ਆਪਣੀਆਂ ਟੇਪਰਾਂ ਜਿੰਨੀ ਸੀਸੀ ਬਣਾਈਆਂ ਨੇ ਆਪਾਂ ਨੇ ਠੀਕ ਹੈ ਅੱਜ ਕੱਲ ਪਾਈਪਾਂ ਨਹੀਂ ਚੱਲ ਰਹੀਆਂ ਮਤਲਬ ਅਗਲਾ ਨਹੀਂ ਮਿਹਨਤ ਕਰਕੇ ਜਰਾ ਜੀ ਹੈਗਾ ਨਾ ਜੀ ਮਤਲਬ ਤੁਸੀਂ ਇਹਦੀ ਫਿਰ ਲਾਈਫ ਦਾ ਵੀ ਫਰਕ ਹੋਊਗਾ ਵੀਰੇ ਹਾਂਜੀ ਹਾਂਜੀ ਲਾਈਫ ਇਹਦੀ ਤਾਂ ਹੈਗੀ ਆ ਜ਼ਿਆਦਾ ਜੀ ਠੀਕ ਹੈ ਜੀ ਲੋਹਾ ਕੱਲ ਨੂੰ ਥੱਲੇ ਪਾਣੀ ਤਾਂ ਲੱਗ ਕੇ ਖਰਾਬ ਹੋ ਜਾਂਦਾ ਹਾਂਜੀ 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 ਤੇ ਆਪਣੇ ਵੀਰ ਨੇ ਰਾਮਣਾ ਆਰਕੀਟੈਕ ਬਲਾਡੇ ਤੋਂ ਜੀ ਤੇ ਉਹਨਾਂ ਨੇ ਉਹਨਾਂ ਦੇ ਤਿੰਨ ਦਫ਼ਤਰ ਆ ਜੀ ਨਾਮ ਤੇ ਆਪਣਾ ਰਤੀਆ ਤੇ ਬਲਾਡਾ ਜੀ ਵੀਰੇ ਤੇ ਉਹਨਾਂ ਨੇ ਨਕਸ਼ਾ ਇੰਨੇ ਦਿਮਾਗ ਨਾਲ ਸੋਚ ਕੇ ਬਣਾਇਆ ਵੀਰੇ ਹਾਂਜੀ ਵੀ ਸਾਰਾ ਤਾਂ ਹਵਾਦਾਰ ਹੈ ਜੀ ਵੀਰੇ ਠੀਕ ਹੈ ਹਾਂਜੀ ਤੁਹਾਨੂੰ ਹਨੇਰਾ ਨਹੀਂ ਮਿਲਣਾ ਇਹਦੇ ਵਿੱਚ ਬਿਲਕੁਲ ਜੀ ਠੀਕ ਹੈ ਮੇਰੇ ਹਿਸਾਬ ਨਾਲ ਪੱਖੇ ਤੇ ਏਸੀ ਦੀ ਵੀ ਲੋੜ ਨਹੀਂ ਫਿਰ ਇਹ ਸਿਕਿਉਰਿਟੀ ਗਾਰਡ ਵਾਸਤੇ ਬਣਾਇਆ ਸੀ ਅੱਛਾ ਜੀ ਹਾਂਜੀ ਹਾਂਜੀ ਤੇ ਬਾਈ ਹੁਰੀ ਨੇ ਆਪਣੇ ਸਾਹਿਬ ਹੁਰੀ ਹਾਂਜੀ ਹਾਂਜੀ ਦੱਸ ਕੇ ਤੋਂ ਇਹਨਾਂ ਨੇ ਮੰਨ ਲਓ ਵੀ ਸਿਕਿਉਰਿਟੀ ਵਾਸਤੇ ਵੀ ਕੋਈ ਫਰਕ ਵਾਲੀ ਗੱਲ ਨਹੀਂ ਰੱਖੀ ਉਹਨਾਂ ਦੇਖੋ ਕੱਲੀ ਕੱਲੀ ਚੀਜ਼ ਸੇਮ ਮਤਲਬ ਹਾਂਜੀ ਹਾਂਜੀ ਵੀ ਕੋਠੀ ਨਾਲ ਮੈਚ ਕਰਦੀ ਬਣਾਈ ਆ ਕੇ ਦਿੱਤਾ ਤੇ ਪਿੱਛੇ ਜਿਵੇਂ ਮੈਂ ਤੁਹਾਨੂੰ ਦਿਖਾਇਆ ਸੀਗਾ ਬਿਲਡਿੰਗ ਹਵੇਲੀ ਦੇ ਬੈਕ ਸਾਈਡ ਦੇ ਉੱਪਰ ਜਿੰਨੇ ਵੀ ਹਨਾ ਰੂਮ ਵਗੈਰਾ ਬਣਾਏ ਨੇ ਸੇਮ ਪੂਰੇ ਸ਼ੌਂਕਲਾਂ ਤਿਆਰ ਕੀਤੇ ਨੇ ਉੱਥੇ ਚਾਹੇ ਮਸ਼ੀਨਾਂ ਖੜਾ ਲਈਏ ਹਾਂਜੀ ਹਾਂਜੀ ਚਾਹੇ ਲੇਬਰ ਵਾਲੇ ਬੰਦੇ ਹਾਂ ਸਾਰਾ ਮਸ਼ੀਨਰੀ ਵਾਸਤੇ ਜਿਵੇਂ ਟਰੈਕਟਰ ਟਰੂਸਟਰ ਬਿਲਕੁਲ ਬਿਲਕੁਲ ਦਰਸ਼ਕ ਵੀਰੋ ਤੁਸੀਂ ਦੇਖ ਸਕਦੇ ਹੋ ਜੀ ਇੱਥੇ ਤਾਂ ਸ਼ਟਰ ਪਿਆ ਹੋਗਾ ਇਹ ਆਪਣੀ ਹਵੇਲੀ ਦੀ ਬੈਕ ਸਾਈਡ ਆ ਗਈ ਤੇ ਸਾਰਾ ਜਾਨੀ ਕਿ ਆਪਾਂ ਲਾ ਲਈਏ ਤਾਂ ਟੋਟਲ ਵੀਰੇ 15,000 ਦੇ ਲਗਭਗ ਠੀਕ ਹੈ ਜੀ ਠੀਕ ਹੈ ਜੀ ਸੋ ਦੋਸਤੋ ਬਹੁਤ ਬਹੁਤ ਧੰਨਵਾਦ ਜੀ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰਨਾ ਨਾ ਭੁੱਲਿਓ ਇਦਾਂ ਦੇ ਹੀ ਕਨਸੈਪਟ ਚੰਗੇ ਚੰਗੇ ਅਸੀਂ ਤੁਹਾਡੇ ਸਾਰਿਆਂ ਦੇ ਨਾਲ ਸਾਂਝੇ ਕਰਦੇ ਰਹਾਂਗੇ ਤੇ ਨੈਵਰ ਫੋਲਡ ਨੈਵਰ ਬੈਕ ਡਾਊਨ ਚਾਹੁੰਦੇ ਵਸਦੇ ਰਹੋ ਜੀ ਬਹੁਤ ਬਹੁਤ ਧੰਨਵਾਦ ਠੀਕ ਹੈ ਭਰਾ ਠੀਕ ਹੈ ਸੁਚਿਆਨ ਬਾਈ ਬਹੁਤ ਧੰਨਵਾਦ ਯਾਰ ਇੰਨਾ ਸਮਾਂ ਦਿੱਤਾ